ਸੋ ਵਾਇਰਸ ਦੇ ਚਲਦਿਆਂ ਚੰਡੀਗੜ੍ਹ ਦੇ ਵਿੱਚ ਕਰਫਿਊ ਤਾਂ ਹੈ, ਹਾਲਾਂਕਿ ਪ੍ਰਸ਼ਾਸਨ ਲੋਕਾਂ ਤੱਕ ਖਾਣਾ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕਰ ਰਿਹਾ, ਪਰ ਇਸੇ ਵਿਚਾਲੇ ਜਿਹੜੇ ਲੋਕਾਂ ਤੱਕ ਖਾਣਾ ਨਹੀਂ ਪਹੁੰਚ ਪਾ ਰਿਹਾ, ਪ੍ਰਸ਼ਾਸਨ ਉਹਨਾਂ ਦੀ ਮਦਦ ਨਹੀਂ ਕਰ ਸਕ ਰਿਹਾ। ਉਹਨਾਂ ਦੇ ਲਈ ਸੈਕਟਰ 20 ਗੁਰਦੁਆਰਾ ਸਾਹਿਬ ਵੱਲੋਂ ਲੰਗਰ ਲਗਾਇਆ ਗਿਆ। ਜ਼ੀ ਮੀਡੀਆ ਦੀ ਟੀਮ ਨੇ ਮੌਕੇ ਤੇ ਪਹੁੰਚ ਇਸ ਸਭ ਦਾ ਜਾਇਜ਼ਾ ਵੀ ਲਿਆ। ਭਾਵੇਂ ਲੋਕਡਾਊਨ ਤੇ ਕਰਫਿਊ ਦੇ ਦੌਰਾਨ ਸਭ ਕੁਝ ਬੰਦ ਹੋ ਜਾਏ, ਪਰ ਇੱਕ ਜਿਹੜੀ ਚੀਜ਼ ਹੈ ਉਹ ਹਮੇਸ਼ਾ ਚੱਲਦੀ ਰਹੇਗੀ, ਉਹ ਹੈਗਾ ਗੁਰੂ ਦਾ ਲੰਗਰ। ਤੇ ਤੁਸੀਂ ਦੇਖ ਸਕਦੇ ਹੋ ਚੰਡੀਗੜ੍ਹ ਦੇ ਵਿੱਚ ਵੀ ਗੁਰਦੁਆਰੇ ਦੇ ਵਿੱਚ ਲੰਗਰ ਲਗਾਤਾਰ ਜਿਹੜਾ ਹੈ ਉਹ ਜਾਰੀ ਹੈ। ਤੇ ਜਿਹੜੇ ਲੋਕ ਨੇ ਘਰਾਂ ਤੋਂ ਬਾਹਰ ਨੇ, ਜਿਨ੍ਹਾਂ ਨੂੰ ਜਿਹੜੀ ਪਰਮਿਸ਼ਨ ਦਿੱਤੀ ਹੋਈ ਹੈ ਕਿ ਉਹ ਕੰਮ ਕਰ ਸਕਦੇ ਨੇ, ਉਹਨਾਂ ਨੂੰ ਜ਼ਰੂਰ ਲੰਗਰ ਜਿਹੜਾ ਹੈ ਵਰਤਾਇਆ ਜਾ ਰਿਹਾ ਹੈ। ਤੇ ਇਹ ਤੁਸੀਂ ਦੇਖ ਸਕਦੇ ਹੋ ਤਸਵੀਰਾਂ। ਹਾਲਾਂਕਿ ਜਿਹੜੇ ਲੋਕ ਨੇ, ਕਿਉਂਕਿ ਬਹੁਤ ਸਾਰੇ ਲੋਕ ਹਲੇ ਵੀ ਅਸੀਂ ਜ਼ਰੂਰ ਕਹਿ ਰਹੇ ਹਾਂ ਕਿ ਪ੍ਰਸ਼ਾਸਨ ਲੋਕਾਂ ਤੱਕ ਰੋਟੀ ਪਹੁੰਚਾ ਰਿਹਾ, ਖਾਣਾ ਪਹੁੰਚਾ ਰਿਹਾ, ਪਰ ਹਲੇ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਭੁੱਖੇ ਪੇਟ ਜਿਹੜੇ ਨੇ ਸੋ ਰਹੇ ਨੇ। ਉਹਨਾਂ ਨੂੰ ਦੇਖੋ ਤੁਸੀਂ, ਇੱਕ ਡਿਸਟੈਂਸ ਦੇ ਵਿੱਚ ਜ਼ਰੂਰ ਰੱਖਿਆ ਜਾ ਰਿਹਾ ਤੇ ਉਹਨਾਂ ਨੂੰ ਲੰਗਰ ਦਿੱਤਾ ਜਾ ਰਿਹਾ। ਹਾਲਾਂਕਿ ਪਹਿਲਾਂ ਹੱਥ ਵੀ ਉਹਨਾਂ ਦੇ ਧਵਾਏ ਜਾ ਰਹੇ ਤਾਂ ਕਿ ਸੈਨੀਟੇਸ਼ਨ ਦਾ ਵੀ ਪੂਰਾ ਧਿਆਨ ਰੱਖਿਆ ਜਾ ਸਕੇ, ਨਾਲ ਹੀ ਡਿਸਟੈਂਸ ਤੁਸੀਂ ਦੇਖੋਗੇ ਖੁਦ ਇਹਨਾਂ ਵੱਲੋਂ ਵੀ ਮੇਨਟੇਨ ਕੀਤਾ ਜਾ ਰਿਹਾ। ਬਾਬਾ ਜੀ, ਜੇ ਗੱਲ ਕਰੀਏ ਕਿਸ ਤਰ੍ਹਾਂ ਦੇਖਦੇ ਹੋ, ਕਿੰਨਾ ਕੁ ਜ਼ਰੂਰੀ ਹੋ ਜਾਂਦਾ ਹੈ ਇਸ ਟਾਈਮ ਤੇ ਜਦੋਂ ਲੋਕਡਾਊਨ ਹੈ, ਕਰਫਿਊ ਹੈ, ਕਿੰਨੇ ਕੁ ਲੋਕ ਆ ਰਹੇ ਨੇ, ਤੇ ਤੁਹਾਨੂੰ ਲੱਗਦਾ ਹਾਲੇ ਵੀ ਜ਼ਰੂਰਤਮੰਦ ਹੈਗੇ ਨੇ? ਗੁਰਦੁਆਰਾ ਸਾਹਿਬ, ਗੁਰਦੁਆਰਾ ਕਲਗੀਧਰ ਖੇੜੀ ਸੈਕਟਰ 20 ਤੋਂ ਬੋਲ ਰਹੇ ਹਾਂ। ਇੱਥੇ ਜਿੰਨੇ ਵੀ ਲੇਬਰ ਕਲਾਸ ਹੈਗੀ ਹੈ, ਰਿਕਸ਼ਾ ਚਲਾਉਂਦੇ ਆ ਜਾਂ ਜਿਹੜੇ ਰੋਜ਼ ਕਮਾਉਂਦੇ ਆ, ਰੋਜ਼ ਖਾਂਦੇ ਆ, ਉਹ ਅਸੀਂ, ਸਾਨੂੰ ਫੋਨ ਵੀ ਆਏ, ਥਾਣੇ ਵੱਲੋਂ ਵੀ ਫੋਨ ਆਏ ਵੀ ਉਹਨਾਂ ਨੂੰ ਕਾਫੀ ਪ੍ਰੋਬਲਮ ਹੈਗੀ ਹੈ। ਸਾਡੇ ਗੁਰਦੁਆਰੇ ਦਾ ਲੰਗਰ ਚੱਲ ਰਿਹਾ, ਅੱਜ ਅਸੀਂ ਸਵੇਰੇ ਬਕਾਇਦਾ ਕਹਿ ਕੇ ਆਏ ਹਾਂ ਜਾ ਕੇ ਵੀ 12:30 ਵਜੇ ਤੁਸੀਂ ਇੱਥੇ ਆਓ, ਤੇ ਕਾਫੀ ਸੰਖਿਆ ਦੇ ਵਿੱਚ ਲੋਕ ਇੱਥੇ ਆਏ ਹੈ, ਪ੍ਰਸ਼ਾਦਾ ਛੱਕ ਕੇ ਗਏ ਹੈ, ਤੇ ਹਜੇ ਵੀ ਲੰਗਰ ਸਾਡੇ ਵੱਲੋਂ ਖੁੱਲ੍ਹਾ ਚੱਲ ਰਿਹਾ। ਤੇ ਬਾਕੀ ਹੋਰ ਲੰਗਰ ਬਣਾ ਕੇ ਅਸੀਂ ਦੂਜੀ ਮਾਰਕੀਟ ਹੈ 20C ਦੀ, ਉੱਥੇ ਰਹਿਣ ਬਸੇਰਾ ਚ ਵੀ 25-30 ਬੰਦੇ ਹੈਗੇ ਹੈ, ਜਾਂ ਹੋਰ ਵੀ ਕਾਫੀ 100-125 ਬੰਦਾ ਹੋਰ ਹੈਗਾ ਜਿਨ੍ਹਾਂ ਨੂੰ ਅਸੀਂ ਲੰਗਰ ਬਣਾ ਕੇ, ਉੱਧਰ ਵੀ ਗੱਡੀ ਗੁਰਦੁਆਰਾ ਸਾਹਿਬ ਦੀ ਜਾ ਰਹੀ ਹੈ, ਉੱਧਰ ਵੀ ਗਈ ਹੈ। ਦੱਸ ਦਈਏ ਕਿ ਚੰਡੀਗੜ੍ਹ ਦੇ ਸਿਰਫ ਇਹੀ ਗੁਰਦੁਆਰਾ ਨਹੀਂ, ਬਲਕਿ ਜੇ ਗੁਰਦੁਆਰਾ 19 ਦੀ ਗੱਲ ਕਰੀਏ, 34 ਦੀ ਗੱਲ ਕਰੀਏ, ਹਰ ਗੁਰਦੁਆਰੇ ਵਿੱਚ ਲੰਗਰ ਜ਼ਰੂਰ ਤਿਆਰ ਹੋ ਰਿਹਾ। ਹਾਲਾਂਕਿ ਡਾਇਰੈਕਟ ਤੁਸੀਂ ਦੇਖੋਗੇ ਕਿ ਜ਼ਿਆਦਾਤਰ ਲੋਕਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ, ਇੱਥੇ ਬਾਹਰ ਹੀ ਲੰਗਰ ਲਗਾਇਆ ਗਿਆ, ਕਿਉਂਕਿ ਜਿਸ ਤਰ੍ਹਾਂ ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰਨ ਨੂੰ ਕਿਹਾ, ਉਹਦੇ ਚੱਲਦੇ ਹੋਏ ਬਾਹਰ ਲਗਾਇਆ ਗਿਆ ਤਾਂ ਕਿ ਜਿਹੜੇ ਲੋਕ ਨੇ ਉਹਨਾਂ ਨੂੰ ਬਾਹਰ ਤੋਂ ਹੀ ਖਿਲਾ ਕੇ ਇੱਕ ਡਿਸਟੈਂਸ ਨਾਲ ਬਿਠਾਇਆ ਜਾਵੇ। ਕੈਮਰਾਮੈਨ ਪ੍ਰਮੋਦ ਨੇਗੀ ਦੇ ਨਾਲ ਨਿਤਿਕਾ ਮਹੇਸ਼ਵਰੀ, ਜ਼ੀ ਮੀਡੀਆ, ਚੰਡੀਗੜ੍ਹ।